ना सच तो ब्याह जाना सी, जाया ही ब्याह? हाँ हाँ, ब्याह तो बड़ा सोहना सी। किन्ना कट्ठ सी भला? कट्ठ दा तो पुछी ना, पैर धरन नूं उत्थे जगह नहीं सी। ना फिर समान समून भी सीगा उस हिसाब नाल, नहीं जिथे कट्ठ हुंदा ना समान तां उहीं घट जांदा हुंदा। लै समान समान तां खुल्ला चल रहा सी खाण पीण वाला। अच्छा हाँ, सच मैनू गल्लां गल्लां तो याद आया, तैनूं मैं चूड़ियां दिखाउणियां ने, दिखावां? हाँ तू 2 मिंट रुक, तैनूं मैं हुणी चूड़ियां दिखाउणियां। आ देख। नहीं ये तो किन्नियां सोहणियां ने, कित्थों लैके आई आ? सोहणियां लग्गियां तैनूं? बहुत सोहणियां ने। ना दसदी क्यों नहीं कित्थों लैके आई आ? नहीं मैं कहड़ा बाहरले देश तों मंगाईआं ने, इत्थों ही लैके आई आ अपने बाजार चों। जे तैनूं इन्नियां ही पसंद ने ऐ कर, तू रख ला। नहीं नहीं ये तो तू अपने लिए लैके आई आ, नाले ये तो तेरी पाईआं सोहणियां लगणगीआं। लै कमली ना होवे, ओ मैं पाईआं कि तू पाईआं, इक्को ही गल आ, नाले तेरे भी सोहणियां ही लगणियां ने। अच्छा ਇਹਦਾ ਤਾਂ ਸਰਿਆ ਹੀ ਪਿਆ, ਇਹਦਾ ਬਸ ਨਹੀਂ ਚੱਲਦਾ, ਨਹੀਂ ਤਾਂ ਸਾਰਾ ਘਰੇ ਲਟਾ ਦੇਵੇ। ਨਹੀਂ ਨਹੀਂ ਮਿੰਦੋ, ਆਹ ਫੜ ਤੂੰ। ਇੰਨਾ ਨਹੀਂ ਸੋਚੀਦਾ ਹੁੰਦਾ, ਆਹ ਫੜ। ਆਹ ਦੇਖ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ, ਮੈਨੂੰ ਤਾਂ ਐਂ ਲੱਗਦਾ ਮੇਰੇ ਹੱਥਾਂ ਤੋਂ ਵੱਧ ਤੇਰੇ ਪਾਈਆਂ ਜੱਚਦੀਆਂ ਨੇ। ਤੂੰ ਵੀ ਮੰਨਦੀ ਨੀ ਮਿੰਦੋ। ਲੱਗਦੀਆਂ ਨੇ ਇਹਦੇ ਸੋਹਣੀਆਂ। ਚੱਲ ਹੁਣ ਰੁੱਕ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਮਾਸੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੂੰ ਕਦੋਂ ਆਈ? ਮੈਂ ਬਸ ਥੋੜ੍ਹੀ ਦੇਰੀ ਹੋਈ ਆ ਮਾਸੀ ਜੀ। ਹਾਂ ਮਿੰਦੋ ਵੀ ਦੱਸਦੀ ਸੀ ਕਿ ਤੁਸੀਂ ਵਿਆਹ ਵੂ ਜਾਣਾ। ਗੱਲ ਹੋ ਗਈ, ਪਿੱਛੇ ਜੇ ਹੱਥ ਕਾਹਤੇ ਖਿੱਚਦੀਆਂ? ਆ ਕੰਗਣ ਬੜੇ ਸੋਹਣੇ ਪਾਏ ਹੋਏ ਨੇ। ਇਹਦੇ ਨਾਲ ਦੇ ਕੰਗਣ ਮਿੰਦੋ ਕੋਲ ਵੀ ਸੀ ਤੇ ਮਨਪ੍ਰੀਤ ਨੂੰ ਬਹੁਤ ਪਸੰਦ ਸੀ। ਤੂੰ ਕਿੱਥੋਂ ਲੈ ਕੇ ਆਈ ਹੈ? ਮੈਂ ਵੀ ਉਹਨੂੰ ਲਿਆ ਦੂੰਗੀ। ਮੈਂ ਹਾਂ ਤੈਨੂੰ ਇਹ ਪੁੱਛਦੀ ਹਾਂ ਕਿਹੜੀ ਦੁਕਾਨ ਤੋਂ ਲੈ ਕੇ ਆਈ ਹੈ, ਦੱਸਦੀ ਕਿਉਂ ਨਹੀਂ? ਮਾਸੀ ਜੀ ਇਹ ਚੂੜੀਆਂ ਮੈਂ ਕਿਸੇ ਦੁਕਾਨ ਤੋਂ ਨਹੀਂ ਲੈ ਕੇ ਆਈ, ਇਹ ਤਾਂ ਮੈਨੂੰ ਮਿੰਦੋ ਨੇ ਦਿੱਤੀਆਂ ਨੇ। ਉਹ ਤਾਂ ਆਪਣੀ ਚੀਜ਼ ਦੇ ਕੇ ਕਿਸੇ ਨੂੰ ਰਾਜ਼ੀ ਨਹੀਂ, ਤੈਨੂੰ ਕਿਵੇਂ ਦੇਤੀਆਂ? ਗੁੱਸਾ ਨਾ ਕਰੀ, ਹੈਗੀ ਤਾਂ ਤੇਰੀ ਭੈਣ ਆ। ਮਨਪ੍ਰੀਤ ਨੇ ਮੰਗੇ ਸੀ ਇਹ ਕੰਗਣ, ਵੀ ਭਾਬੀ ਮੈਨੂੰ ਬਹੁਤ ਸੋਹਣੇ ਲੱਗਦੇ ਆ, ਉਹਨੂੰ ਤਾਂ ਫੱਟ ਜਵਾਬ ਦੇਤਾ। ਜਦ ਉਹਨੂੰ ਜਵਾਬ ਦੇਤਾ ਤੈਨੂੰ ਭਲਾ ਕਿਵੇਂ ਦੇਤੇ? ਮੈਨੂੰ ਨਹੀਂ ਪਤਾ ਮਾਸੀ ਜੀ ਵੀ ਇਹ ਕੰਗਣ ਮਨਪ੍ਰੀਤ ਨੂੰ ਵੀ ਪਸੰਦ ਸੀ, ਨਹੀਂ ਤਾਂ ਬਸ। ਲੈ ਮੰਮੀ ਤੁਸੀਂ ਉਰੇ ਬੈਠੇ ਹੋ, ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਇੱਕ ਕੱਪ ਹੋਰ ਚਾਹ ਲੈ ਆਉਂਦੀ। ਚੱਲ ਇਹਦੇ ਵਿੱਚੋਂ ਹੀ ਲੈ ਲਓ, ਚਾਹ ਵੀ ਪੀ ਲੈਂਦੀ ਹਾਂ, ਪਹਿਲਾਂ ਮੈਨੂੰ ਦੁਆ ਫੜ ਕੰਗਣ। ਕੀ ਹੋ ਗਿਆ ਮਿੰਦੋ? ਇਹ ਮਨਪ੍ਰੀਤ ਨੂੰ ਪਸੰਦ ਨੇ ਨਾ, ਤੂੰ ਮਨਪ੍ਰੀਤ ਨੂੰ ਹੀ ਦੇ ਦੇ। ਦੇਖ ਭੈਣੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਕਰਕੇ ਤੁਹਾਡੇ 'ਚ ਲੜਾਈ ਪਵੇ, ਚਾਹੇ ਤੂੰ ਇਹਨੂੰ ਰੱਖ ਚਾਹੇ ਮਨਪ੍ਰੀਤ ਨੂੰ ਦੇ, ਪਰ ਮੈਂ ਨਹੀਂ ਇਹ ਰੱਖ ਸਕਦੀ। ਮੈਂ ਹੁਣ ਚੱਲਦੀ ਹਾਂ। ਪਰ ਸ਼ੈਲੀ ਚਾਹ ਤਾਂ ਪੀ ਲੈਂਦੀ? ਨਹੀਂ ਮਿੰਦੋ ਮੈਂ ਫਿਰ ਕਿਸੇ ਦਿਨ ਪੀ ਲੂੰਗੀ। ਸ਼ੈਲੀ ਨੂੰ ਕੀ ਕਿਹਾ ਕੀ ਨਹੀਂ ਕਿਹਾ ਇਹ ਨਹੀਂ ਮੈਨੂੰ ਪਤਾ, ਪਰ ਜਿਹੜਾ ਕੁਛ ਵੀ ਕਿਹਾ ਨਾ ਜਿਹਦੇ ਕਰਕੇ ਉਹ ਮੈਨੂੰ ਲਾ ਕੇ ਫੜਾ ਗਈ ਉਹ ਮੈਨੂੰ ਬੜਾ ਗੁੱਸਾ ਲੱਗਿਆ। ਉਹ ਤੇਰੇ ਗੁੱਸੇ ਨੂੰ ਮੈਂ ਕੀ ਦੇਖਾਂ, ਮੈਨੂੰ ਪਤਾ ਕਿੰਨਾ ਗੁੱਸਾ ਜਿਹੜਾ ਜੇ ਤੇਰੀਆਂ ਚੂੜੀਆਂ ਮੈਂ ਉਹਦੇ ਹੱਥ 'ਚ ਪਾਈਆਂ ਦੇਖੀਆਂ। ਨਾ ਸਮਾਨ ਤੂੰ ਉਹਦੇ ਲਈ ਖਰੀਦਦੀਆਂ? ਅੱਜ ਤਾਂ ਮੈਂ ਆਪਣੇ ਅੱਖੀਂ ਦੇਖ ਲਿਆ ਬੈਠੇ ਬੱਚੇ ਪਤਾ ਨਹੀਂ ਕੀ ਦਿੰਦੀ ਹੋਵੇਗੀ। ਮੰਮੀ ਤੁਸੀਂ ਮੈਨੂੰ ਕਿਵੇਂ ਬੋਲਦੇ ਪਏ ਹੋ,
ਤੁਸੀਂ ਤਾਂ ਐ ਕਹਿ ਰਹੇ ਹੋ ਜਿੱਕਰ ਮੈਂ ਉਹਨੂੰ ਸੋਨਾ ਕੱਢ ਕੇ ਪਤਾ ਚਾਂਦੀ ਕੱਢ ਕੇ ਫੜਾ ਦਿੱਤੀ ਹੁੰਦੀ ਆ। ਆਰਟੀਫਿਸ਼ੀਅਲ ਨੇ ਚੂੜੀਆਂ, ਫਿਰ ਕੀ ਹੋ ਗਿਆ? ਇੰਨਾ ਤਾਂ ਕੁਛ ਮੈਂ ਦਿੱਤਾ ਵੀ ਨਹੀਂ ਜਿੰਨੀਆਂ ਤੁਸੀਂ ਮੈਨੂੰ ਗੱਲਾਂ ਸੁਣਾਉਣ ਲੱਗੇ ਹੋਏ ਹੋ। ਅੱਜ ਤੋਂ ਬਾਅਦ ਕੋਈ ਚੀਜ਼ ਵੀ ਦਿੱਤੀ ਨਾ ਫਿਰ ਦੇਖੀ ਤੇਰਾ ਕੀ ਬਣੂ। ਉਹ ਸੋਨਾ ਚਾਂਦੀ ਤਾਂ ਇੱਕ ਪਾਸੇ ਰਹਿ ਗਿਆ, ਆਰਟੀਫਿਸ਼ੀਅਲ ਚੀਜ਼ ਵੀ ਨਹੀਂ ਦੇਣੀ। ਕਿਉਂ ਨਹੀਂ ਦੇਣੇ ਮੰਮੀ? ਤਾਂ ਕਰਕੇ ਵੀ ਉਹ ਮੇਰੀ ਭੈਣ ਆ, ਜਦ ਆਹੀ ਚੀਜ਼ਾਂ ਮਨਪ੍ਰੀਤ ਮੰਗਦੀ ਆ ਮੈਂ ਉਹਨੂੰ ਦੇ ਦਿੰਦੀ ਹਾਂ। ਉਸ ਟਾਈਮ ਤਾਂ ਤੁਸੀਂ ਕੁਛ ਵੀ ਨਹੀਂ ਕਹਿੰਦੇ, ਉਹ ਤਾਂ ਦੇਖ ਕੇ ਬੜਾ ਖੁਸ਼ ਹੁੰਦੇ ਹੁੰਦੇ ਹੋ। ਕਿਉਂ? ਕਿਉਂਕਿ ਉਹ ਤੁਹਾਡੀ ਧੀ ਆ, ਤਾਂ ਕਰਕੇ। ਉਹ ਉਹਨੇ ਤਾਂ ਮੇਰੇ ਤੋਂ ਮਨਾ ਕਰਦੀ ਪਈ ਸੀ ਵੀ ਮੈਂ ਨਹੀਂ ਲੈਣੇ, ਪਰ ਉਹਨੂੰ ਪਸੰਦ ਸੀ, ਮੈਂ ਧੱਕੇ ਨਾਲ ਉਹਦੇ ਹੱਥ 'ਚ ਪਾਇਆ ਸੀ। ਪਰ ਤੁਸੀਂ ਤੁਸੀਂ ਤਾਂ ਗੱਲਾਂ ਸੁਣਾ ਸੁਣਾ ਕੇ ਉਹਦੇ ਹੱਥੋਂ ਆ ਵੀ ਲਹਾਤੇ। ਮੰਮੀ ਕਿੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ, ਤੁਹਾਨੂੰ ਵੀ ਤਾਂ ਪਤਾ ਜੇ ਮੈਂ ਆਪਣੇ ਲਈ ਕੋਈ ਵੀ ਚੀਜ਼ ਲਵਾਂ ਨਾ ਮੈਂ ਮਨਪ੍ਰੀਤ ਲਈ ਬਰੋਬਰ ਲੈਂਦੀ ਹਾਂ। ਪਰ ਕਦੇ ਹੋਇਆ ਵੀ ਮੈਂ ਸ਼ੈਲੀ ਲਈ ਵੀ ਬਰੋਬਰ ਲਈ ਹੋਵੇ ਚੀਜ਼? ਆਹ ਪਹਿਲੀ ਵਾਰ ਹੋਇਆ ਸੀ ਅਤੇ ਉਹ ਵੀ ਤੁਹਾਤੋਂ ਬਰਦਾਸ਼ਤ ਨਹੀਂ ਹੋਇਆ। ਮੰਮੀ ਗੁੱਸਾ ਨਾ ਕਰਿਓ, ਰਿਸ਼ਤੇ ਤਾਂ ਦੋਨੇ ਹੀ ਬਰਾਬਰ ਨੇ। ਜੇ ਉਹ ਇਹਨਾਂ ਦੀ ਭੈਣ ਆ ਤਾਂ ਉਹ ਵੀ ਤਾਂ ਮੇਰੀ ਭੈਣ ਆ। ਜੇ ਮੈਂ ਮਾੜਾ ਮੋਟਾ ਕੁਛ ਕਰ ਵੀ ਦਊਂਗੀ ਆਪਣੀਆਂ ਭੈਣਾਂ ਲਈ ਤਾਂ ਉਹਦੇ ਵਿੱਚ ਗਲਤ ਕੀ ਆ? ਮੰਮੀ ਹੁਣ ਇਸ ਗੱਲ ਨੂੰ ਨਾ ਗਲਤ ਪਾਸੇ ਨਾ ਲੈ ਜਿਓ ਵੀ ਜੇ ਮੈਂ ਮਨਪ੍ਰੀਤ ਲਈ ਨਾਲ ਸਮਾਨ ਲੈ ਕੇ ਆਉਂਦੀ ਹਾਂ ਤਾਂ ਤੁਹਾਨੂੰ ਮੈਂ ਸੁਣਾਉਣੀ ਪਈ ਹਾਂ। ਇਹ ਤਾਂ ਤੁਸੀਂ ਸਾਰਾ ਕੁਛ ਕੀਤਾ ਤਾਂ ਮੈਨੂੰ ਗੱਲਾਂ ਸੁਣਾਉਣੀਆਂ ਪੈ ਗਈਆਂ। ਮੈਨੂੰ ਵੀ ਪਤਾ ਵੀ ਧੀਆਂ ਨੂੰ ਸਮਾਨ ਦੇਈਦਾ ਹੁੰਦਾ ਅਤੇ ਮੇਰਾ ਫਰਜ਼ ਵੀ ਬਣਦਾ ਅਤੇ ਮੈਂ ਆਪਣਾ ਫਰਜ਼ ਪੂਰਾ ਵੀ ਕਰਦੀ ਹਾਂ। ਜੇ ਤੁਹਾਨੂੰ ਫਿਰ ਵੀ ਗਲਤ ਲੱਗਦਾ ਮੰਮੀ ਮੈਂ ਅੱਗੇ ਤੋਂ ਇੱਦਾਂ ਦਾ ਕੁਛ ਨਹੀਂ ਕਰੂੰਗੀ। ਨਾ ਮਿੰਦੋ, ਗੱਲ ਸਮਝਣ ਦੀ ਹੁੰਦੀ ਆ, ਰਿਸ਼ਤਾ ਤਾਂ ਬਰਾਬਰ ਹੀ ਹੁੰਦਾ ਚਾਹੇ ਭੂਆ ਚਾਹੇ ਮਾਸੀ। ਕਿਉਂਕਿ ਇੱਕ ਜੇ ਕਹਿੰਦੇ ਹੁੰਦੇ ਨੇ ਨਾ ਹਸਬੈਂਡ ਦਾ ਸਿਸਟਰ ਆ ਤਾਂ ਦੂਜੀ ਜਿਹੜੀ ਆ ਉਹ ਵਾਈਫ ਦੀ ਸਿਸਟਰ ਆ। ਬਟ ਤਵੱਜੋ ਘਰ ਦੇ ਵਿੱਚ ਕੀ ਹੁੰਦਾ ਵਾ, ਜਿਹੜੇ ਮਦਰ ਇਨ ਲੋ ਹੁੰਦੇ ਨੇ ਉਹ ਜ਼ਿਆਦਾਤਰ ਕਿਹਨੂੰ ਦਿੰਦੇ ਨੇ ਕਿ ਆਪਣੀ ਧੀ ਨੂੰ। ਉਹਨਾਂ ਨੂੰ ਹੁੰਦਾ ਵੀ ਘਰ ਦੀ ਧੀ ਆ, ਇਹਦਾ ਹੀ ਕਰਨਾ ਇਹਦਾ ਹੀ ਕਰਨਾ, ਕਰਨਾ ਵੀ ਚਾਹੀਦਾ। ਬਹੁਤ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਘਰ ਦੀ ਧੀ ਨੂੰ ਹੀ ਅੱਗੇ ਰੱਖਿਆ ਜਾਂਦਾ, ਪਰ ਕੁਛ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਭੂਆ ਅਤੇ ਜਿਹੜੀ ਮਾਸੀ ਹੁੰਦੀਆਂ ਨਾ ਉਹ ਦੋਨੇ ਬਰਾਬਰ ਹੁੰਦੀਆਂ ਨੇ। ਉਹ ਹੁਣ ਕਿੱਥੇ ਹੁੰਦਾ ਜਿੱਥੇ ਹੁਣ ਮੇਰੇ ਮੇਰੀ ਰਿਸ਼ਤੇਦਾਰੀ ਦੇ ਵਿੱਚ ਕੁਛ ਵੀ ਹੋ ਰਿਹਾ, ਮੇਰੇ ਬੱਚਿਆਂ ਦਾ ਕੁਛ ਵੀ ਹੋ ਰਿਹਾ, ਉਹ ਜਗ੍ਹਾ ਦੇ ਉੱਤੇ ਦੋਨਾਂ ਦਾ ਰਿਸ਼ਤਾ ਜਿਹੜਾ ਹੁੰਦਾ ਉਹ ਬਰਾਬਰ ਹੁੰਦਾ। ਪਰ ਹਾਂ, ਮੇਰੇ ਦਿਓਰ ਦਾ ਕੁਛ ਹੋ ਰਿਹਾ, ਮੇਰੇ ਜੇਠ ਦਾ ਕੁਛ ਹੋ ਰਿਹਾ, ਮੰਮੀ ਵੱਲ ਕੁਛ ਹੋ ਰਿਹਾ, ਉੱਥੇ ਕੀ ਹੁੰਦਾ? ਉੱਥੇ ਜਿਹੜੀ ਘਰ ਦੀ ਧੀ ਹੁੰਦੀ ਆ ਉਹ ਮੂਹਰੇ ਹੁੰਦੀ ਆ। ਗੱਲ ਸਿਰਫ ਸਮਝਣ ਦੀ ਆ, ਬਰਾਬਰ ਰੱਖੋ ਕੋਈ ਫਰਕ ਨਹੀਂ ਪੈਂਦਾ, ਸਾਰੇ ਸੁਖੀ ਹੋਣਗੇ ਸਾਰੇ ਖੁਸ਼ ਰਹਿਣਗੇ। ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਆ। ਹੁਣ ਚੁੱਪ ਕਰਕੇ ਪਾ ਲਾ, ਮੰਮੀ ਕੁਛ ਨਹੀਂ ਕਹਿੰਦੀ। ਐਵੇਂ ਕਿਵੇਂ ਫੜ ਲਿਆ, ਫੜਾ ਇੱਧਰ ਮੈਂ ਪਾਵਾਂ। ਤੂੰ ਵੀ ਨਾ ਬਸ ਊਂ ਹੀ ਕਰੀ ਜਾਂਦੀ ਆ, ਆਉਂਦੀ ਹੀ ਨਹੀਂ ਤੇਰੇ ਤੂੰ ਆਈ ਹੋਣਾ ਜੁੜੀ ਹੈ ਤੂੰ ਉਹੀ ਕਹਿੰਦੇ ਆ ਫੜ। ਮੈਂ ਪਹਿਲਾਂ ਵੱਡਾ ਸਾਈਜ਼ ਚੱਕਿਆ ਸੀਗਾ, ਗਲਤੀ ਕਰਤੀ ਨਾ ਛੋਟਾ ਚੱਕ ਚੋੜੇ ਦੇ ਚੱਕਰ ਚ ਨਾ। ਤੈਨੂੰ ਕਿਵੇਂ ਦੇ ਦੀਆਂ, ਉਹ ਤਾਂ ਕਿਸੇ ਨੂੰ ਮਰੀ ਮੱਖੀ ਨਾ ਦੇਵੇ। ਚੱਲ ਜੀ ਉਹ ਤਾਂ ਕਿਸੇ ਨੂੰ ਦੇ ਕੇ ਚੀਜ਼ ਮੇਰੀ ਗੱਲ ਸੁਣ ਲਾ, ਤੈਨੂੰ ਵੀਡੀਓ ਕੱਢਣੀ ਹੈ ਨਾ, ਕੀਤੀ ਹੈ ਨਾ। ਉਹ ਦੇਖ ਉਹ ਡਰ ਸੀਗਾ, ਹੁਣ ਮੈਂ ਡਰ ਕੇ ਨਹੀਂ ਕਰਨਾ ਚਾਹੁੰਦੀ। ਮੇਰੇ ਖੜੇ ਤੇ ਡਰੀ ਜਾਂਦੀ ਆ, ਮੇਰੇ ਮੂਰੇ ਕਿਉਂ ਨਹੀਂ ਐਕਟਿੰਗ ਨਿਕਲਦੀ ਨਹੀਂ ਪਤਾ ਨਹੀਂ। ਮੈਨੂੰ ਟੌਪ ਸੀਕ੍ਰੇਟ ਆ, ਜੇ ਕੁਝ ਕਹਿੰਦੇ ਨੇ ਮੈਂ ਖੜੀ ਆ ਬਰਾਬਰ, ਦੱਸ ਕੀ ਕਹਿੰਦੇ ਨੇ। ਇਹ ਕਹਿੰਦੀ ਨਾਲੇ ਤੂੰ ਵੱਡੀ ਆ, ਤੂੰ ਕਾਹਦੀ ਡਰੀ ਜਾਂਦੀ ਆ। ਹਾਂ ਉਹ ਬੋਲਣਾ ਚਾਹੀਦਾ, ਇੱਧਰ ਮੈਨੂੰ ਕਹਿ ਉੱਧਰ ਨਾ ਦੇਖ ਦੱਸ। ਨਹੀਂ ਨਹੀਂ ਚਲੋ ਕਰਦੇ ਆ, ਚਲੋ ਫਿਰ ਕਰੋ ਐਕਟਿੰਗ। ਚਲੋ 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 ਮਨਪ੍ਰੀਤ ਨੂੰ ਪਸੰਦ ਨਹੀਂ।
ਸਾਨੂੰ ਪਤਾ ਬਸ ਅਸੀਂ ਨਾ ਫੀਲ ਕਰਿਆ ਕਰ ਨਹੀਂ ਅਸੀਂ ਕਰਦੇ ਨੀ ਹੈਗੇ ਚੁੱਪ ਕਰ ਜਾ ਆਪਾਂ ਵੀਡੀਓ ਕੱਢਣੀ ਹੈ ਤੇਰੀ ਸਾਲ ਬੜੀ ਆ ਤੂੰ ਤਾਂ ਪਹਿਲਾਂ ਤੂੰ ਬੁੜੀ ਹੋਈ ਮੰਮੀ ਤੁਸੀਂ ਕਹੋਗੇ ਜੇ ਤੁਸੀਂ ਬੁੜੇ ਫਿਰ ਮੈਂ ਤਾਂ ਮਹਾ ਵੀਡੀਓ ਕੱਢ ਲੈਣੇ ਬਬਲੂ ਸੁੱਤਾ ਪਿਆ ਮੁੰਡਾ ਤੁਸੀਂ ਕਹਿ ਰਹੇ ਵੀ ਇਹ ਇੱਕ ਸਾਲ ਵੱਡੀ ਆ ਤਾਂ ਇਹਦਾ ਮਤਲਬ ਇਹ ਬੁੜੀ ਹੋਈ ਹਨਾ ਆਪਾਂ ਇੱਕ ਸਾਲ ਬਾਅਦ ਹੋਊਗਾ ਇੱਕ ਮਿੰਟ ਠੀਕ ਆ ਨਾ ਮੰਨ ਦੇ ਨੇ ਚੀਜ਼ ਦੇਖ ਸਾਡਾ ਰਿਸ਼ਤਾ ਤਾਂ ਚੇਂਜ ਹੋਣ ਨੀ ਲੱਗਿਆ ਹਨਾ ਜੋ ਮਰਜ਼ੀ ਕਹਿ ਲੋ ਸਾਡਾ ਰਿਸ਼ਤਾ ਨੀ ਚੇਂਜ ਹੋਣ ਚੀਜ਼ਾਂ ਤੇ ਸਾਲੀ ਹੈਗੇ ਆ ਤੇ ਰਹਾਂਗੇ ਕੋਈ ਗੱਲ ਨੀ ਤੁਹਾਨੂੰ ਕੀ ਲੱਗਦਾ ਮੈਂ ਤਾਂ ਉਧਰ ਛੋਟੀ ਆ ਸਾਡੀ ਤਾਂ ਥੋੜੀ ਜਿਆਦਾ ਵਧੀਆ ਬਣਦੀ ਆ ਅਸੀਂ ਹਮ ਉਮਰ ਆ ਸਾਡੀ ਜਿਆਦਾ ਵਧੀਆ ਉਹ ਲੜ ਲੜ ਕੇ ਬਣਾ ਰਹਾ ਹਾਂ ਨਹੀਂ ਆ ਜਿਹੜੀ ਲੜਤ ਸਹੀ ਆ